Mama. ਇਹਨਾਂ ਦੇ ਵਾਲ ਹੀ ਨਹੀਂ ਸੈੱਟ ਹੁੰਦੇ ਹਨਾ ਪਰਮ ਕਿ ਸਾਨੂੰ ਕੋਈ ਟੈਨਸ਼ਨ ਆ ਸਾਰੇ ਟ੍ਰੀਜ਼ ਆ ਅਤੇ ਇਹਨਾਂ ਦੇ ਉੱਪਰ ਹੀ ਆ ਛੋਟੇ ਛੋਟੇ ਪੁੱਲ ਬਣਾਏ ਆ ਚੱਲਦੇ ਆ ਪੂਰੇ ਠੀਕ ਆ ਬਸ ਡੇਂਜਰਸ ਨਹੀਂ ਆ ਪਰ ਦੇਖੋ ਆ ਟ੍ਰੀਜ਼ ਟੂ ਟ੍ਰੀ 'ਤੇ ਜਾਣ ਨੂੰ ਕਾਫੀ ਉੱਚੇ ਲੰਬੇ ਟ੍ਰੀ ਪਾਰਕਿੰਗ ਕੀਤੀ ਆ 3 ਘੰਟੇ ਦੀ ਪਾਰਕਿੰਗ ਆ $6 ਦੀ ਅਤੇ ਉਸ ਤੋਂ ਬਾਅਦ ਟਿਕਟ ਆਪਣੀ ਹੈਗੀ ਆ ਆਪਾਂ 3 ਜਣਿਆਂ ਦੀ 164 ਲੱਗੀ ਆ ਅਤੇ $54 ਆਪਣੇ 1 ਜਣੇ ਦੇ ਲੱਗਦੇ ਆ ਅਡਲਟ ਦੇ ਪਰ ਜੇ BC ਰੈਜੀਡੈਂਸ ਜੇ BC ਦੇ ਰਹਿਣ ਵਾਲੇ ਆਪਣੇ ਕੋਲ ਕਾਰਡ ਹੈਗਾ ID ਕਾਰਡ
ਤੇ ਆਪਾਂ ਨੂੰ 1 ਸਾਲ ਵਾਸਤੇ 54 ਵਿੱਚ ਇੱਕ ਜਾਣੇ ਨੂੰ 1 ਸਾਲ ਵਾਸਤੇ ਆਪਾਂ ਨੂੰ ਫ੍ਰੀ ਜਿੰਨੀਆਂ ਮਰਜ਼ੀ ਆਪਾਂ ਐਂਟਰੀਜ਼ ਕਰ ਸਕਦੇ 54 ਡਾਲਰ ਦੇ ਵਿੱਚ ਜੇ ਤੁਸੀਂ BC ਤੋਂ ਬਾਹਰ ਤੇ ਫਿਰ ਆਪਾਂ ਨੂੰ ਐਵਰੀ ਟਾਈਮ ਟਿਕਟ ਲੈਣੀ ਪਊਗੀ ਤੇ ਬਹੁਤ ਵਧੀਆ ਵਾ ਜਿਹੜੇ ਸਾਰੇ ਜਿੰਨੇ ਪਏ ਜੀ ਅਤੇ ਆਹ ਕ੍ਰਿਸਮਿਸ ਹੋਣਾ ਜਿਵੇਂ ਕਿ ਦਸੰਬਰ ਦਾ ਮਹੀਨਾ ਚੱਲਦਾ ਕ੍ਰਿਸਮਿਸ ਹੋਣ ਵਾਲੀ ਆ ਅਤੇ ਕਾਫੀ ਲਾਈਟਿੰਗ ਮੀਟਿੰਗ ਵਗੈਰਾ ਵਧੀਆ ਕੀਤੀ ਆ ਅਤੇ ਆਓ ਆਪਾਂ ਘੁੰਮਦੇ ਹਾਂ ਅੱਜ ਅਤੇ ਦੇਖਦੇ ਹਾਂ ਮੇਰਾ ਮਾਹੌਲ ਚੱਲ ਬਾਕੀ ਇੱਕ ਸਾਥ ਜੇ ਤੁਸੀਂ ਸਟੂਡੈਂਟ ਜੇ ਤਾਂ $40 ਦੀ ਟਿਕਟ ਤੁਹਾਨੂੰ ਮਿਲੂਗੀ ਅਤੇ 1 ਸਾਲ ਲਈ ਫ੍ਰੀ ਜੇ BC ਦੇ ਵੈਨਕੂਵਰ ਦੇ ਵਿੱਚ ਕੋਈ ਟੂਰਿਸਟ ਪਲੇਸ ਘੁੰਮਣ ਨੂੰ ਲੱਭਦੇ ਪਏ ਹੋ ਕਿੱਥੇ ਜਾਈਏ ਅਤੇ ਕੈਪੀਲੈਨੋ ਸਸਪੈਂਸ਼ਨ ਬ੍ਰਿਜ ਤੁਸੀਂ ਯੂਜ਼ ਕਰ ਸਕਦੇ ਜੇ ਤੁਸੀਂ ਨੇਚਰ ਨੂੰ ਥੋੜ੍ਹਾ ਬਹੁਤਾ ਪਸੰਦ ਕਰਦੇ ਹੋ ਅਤੇ ਵਧੀਆ ਘੁੰਮਣ ਆਏ ਆ ਇੱਥੇ ਵੀ ਆਈ ਗੱਲਾਂ
watching the video. Please like, share and subscribe the channel. Hit the like button.